ਹੈਲੋ ਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ। ਅੱਜ ਆਪਾਂ ਬਣਾ ਰਹੇ ਹਾਂ ਜੀ ਘਰ ਦੇ ਵਿੱਚ ਬੇਲਪੁਰੀ, ਜਿਹੜੀ ਕਿ ਬਹੁਤ ਹੀ ਸੌਖੇ ਜਿਹੇ ਢੰਗ ਨਾਲ ਬਣ ਜਾਂਦੀ ਹੈ ਅਤੇ ਸਾਰੇ ਇਹ ਬੱਚੇ ਜਿਹੜੇ ਹੁੰਦੇ ਜੀ ਇਹਨੂੰ ਬਹੁਤ ਖੁਸ਼ ਹੁੰਦੇ ਆ ਖਾ ਕੇ। ਸੋ ਆਪਾਂ ਇਹਨੂੰ ਘਰ ਵਿੱਚ ਕਿਵੇਂ ਬਣਾ ਸਕਦੇ ਹਾਂ ਜੀ? ਇਹ ਆਪਾਂ ਬਾਜ਼ਾਰ ਤੋਂ ਲਿਆਂਦਾ ਸੀ ਇਸ ਤਰ੍ਹਾਂ ਦਾ ਪੈਕਟ, ਅਤੇ ਇਹ 'ਚ ਕਾਫੀ ਸਾਰੀ ਹੁੰਦੀ ਹੈ, ਦੋ ਤਿੰਨ ਵਾਰ ਹੀ ਬਣਾ ਸਕਦੇ ਹਾਂ ਆਪਾਂ ਇਹਨੂੰ। ਅਤੇ ਆਪਾਂ ਲੈ ਲਈ ਜੀ ਥੋੜ੍ਹੀ ਜਿਹੀ ਬੇਲਪੁਰੀ ਲੈ ਲਈ, ਆਪਾਂ ਇਹਨੂੰ ਇੱਕ ਡੋਂਗੇ ਦੇ ਵਿੱਚ ਪਾ ਲੈਂਦੇ ਹਾਂ ਪਹਿਲਾਂ। ਹਾਂਜੀ ਲਓ ਜੀ, ਆਪਾਂ ਇਹ ਪਾ ਲਿੱਤੀ ਹੈਗੀ, ਅਤੇ ਥੋੜ੍ਹੇ ਜਿਹੇ ਲੱਤੀਆਂ ਆਪਾਂ ਮੂੰਗਫਲੀ ਦੀਆਂ ਗਿਰੀਆਂ ਭੁੰਨੀ ਹੋਈਆਂ ਲੱਤੀਆਂ, ਆਪਾਂ ਥੋੜ੍ਹੇ ਜਿਹੇ ਕੱਟ ਲਏ ਜੀ ਪਿਆਜ਼, ਅਤੇ ਥੋੜ੍ਹਾ ਜਿਹਾ ਕੱਟ ਲਏ ਜੀ ਆਪਾਂ ਟਮਾਟਰ, ਅਤੇ ਥੋੜ੍ਹਾ ਜਿਹਾ ਆਪਣੇ ਕੋਲ ਪਿਆ ਸੀ ਜੀ ਭੁਜੀਆ, ਆਪਾਂ ਇਹਦੇ ਵਿੱਚ ਭੁਜੀਆ ਵੀ ਪਾ ਲੈਂਦੇ ਹਾਂਗੇ। ਪਾ ਲੈਂਦੇ ਜੀ ਆਲੂ ਭੁਜੀਆ, ਇਹਦੇ ਕੋਲ ਪਿਆਜ਼ ਸੀਗਾ, ਅਤੇ ਹੁਣ ਆਪਾਂ ਪਾ ਲੈਂਦੇ ਜੀ ਇਹਦੇ ਵਿੱਚ ਗਿਰੀਆਂ। 5 ਮਿੰਟਾਂ 'ਚ ਬਣ ਕੇ ਹੋ ਜਾਂਦੀ ਜੀ ਇਹ ਤਿਆਰ, ਅਤੇ ਬੱਚੇ ਖੁਸ਼ ਹੋ ਜਾਂਦੇ ਆ ਇਹਨੂੰ ਖਾ ਕੇ, ਅਤੇ ਕੋਈ ਗੈਸ ਚਲਾਉਣ ਦੀ ਲੋੜ ਨਹੀਂ, ਕੋਈ ਕੁਛ ਵੀ ਨਹੀਂ। ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਵੀ ਪਿਆਜ਼, ਟਮਾਟਰ ਵੀ ਪਾ ਦਿੰਦੇ ਹਾਂ ਆਪਾਂ ਇਹਦੇ ਸਾਰੇ ਵਿੱਚ। ਆਪਾਂ ਜੇ ਆਪਣੇ ਕੋਲ ਖਿੱਲਾਂ ਪਈਆਂ ਹੋਣ ਜੀ ਜਿਹੜੇ ਮੁਰਮਰੇ ਹੁੰਦੇ ਆ, ਆਪਾਂ ਉਹਨਾਂ ਨੂੰ ਵੀ ਸੁੱਕੀ ਬਿਨਾਂ ਘਿਓ ਤੋਂ ਰੋਸਟ ਕਰਕੇ ਇਹਦੇ ਵਿੱਚ ਪਾ ਸਕਦੇ ਹਾਂ, ਪਰ ਸਾਡੇ ਕੋਲ ਅੱਜ ਹੈ ਨਹੀਂ ਸੀ, ਆਪਾਂ ਅੱਜ ਇਹੀ ਪਾ ਰਹੇ ਹਾਂ ਜੀ। ਅਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜ੍ਹਾ ਜਿਹਾ ਨਮਕ, ਥੋੜ੍ਹੀ ਜਿਹੀ ਪਾ ਦਾਂਗੇ ਜੀ ਆਪਾਂ ਲਾਲ ਮਿਰਚ, ਘੱਟੀ ਪਾਵਾਂਗੇ ਕਿਉਂਕਿ ਫਿਰ ਬੱਚਿਆਂ ਨੇ ਖਾਣੀ ਹੁੰਦੀ ਹੈ। ਇੱਕ ਪਾ ਦਾਂਗੇ ਜੀ ਆਪਾਂ ਇਹਦੇ ਵਿੱਚ ਚਾਟ ਮਸਾਲਾ, ਥੋੜ੍ਹੀ ਜਿਹੀ ਪਾ ਦਿੰਦੇ ਹਾਂ ਜੀ ਆਪਾਂ ਇਹਦੇ ਵਿੱਚ ਸੌਸ, ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਂਦੇ ਹਾਂ ਜੀ। ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ, ਅਤੇ ਆਪਾਂ ਹੁਣ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਦਿੰਦੇ ਹਾਂ। ਲਓ ਜੀ ਆਪਾਂ ਪਾਤਾ ਲੈਮਨ ਜੂਸ, ਅਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂਗੇ, ਅਤੇ ਆਪਾਂ ਇਹਦੇ ਵਿੱਚ ਛੋਟੀ ਜਿਹੀ ਹਰੀ ਮਿਰਚ ਵੀ ਬਰੀਕ ਬਰੀਕ ਕੱਟ ਕੇ ਆਪਾਂ ਉਹ ਵੀ ਪਾ ਸਕਦੇ ਹਾਂ ਜੀ, ਪਰ ਕਈ ਵਾਰ ਬੱਚਿਆਂ ਨੇ ਖਾਣੀ ਹੁੰਦੀ ਹੈ ਤਾਂ ਮਿਰਚ ਕਰਕੇ ਆਪਾਂ ਇਹਨੂੰ ਮਿਸ ਵੀ ਕਰ ਸਕਦੇ ਹਾਂ, ਜੇ ਚਾਹੀਏ ਨੇ ਤਾਂ ਆਪਾਂ ਪਾ ਵੀ ਸਕਦੇ ਹਾਂ ਜੀ। ਬੱਚਿਆਂ ਦਾ ਅੱਜ ਮਨ ਸੀਗਾ ਕਿ ਬੇਲਪੂਰੀ ਬਣਾ ਕੇ ਖਾਣੀ ਹੈ, ਅਤੇ ਅਸੀਂ ਸੋਚਿਆ ਜੀ ਇਹ ਰੈਸਪੀ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਜੀ। ਬੇਲਪੂਰੀ ਬਣ ਕੇ ਤਿਆਰ ਹੋ ਗਈ ਹੈ, ਹੁਣ ਤਾਂ ਆਪਾਂ ਇਹਨੂੰ ਇੱਕ ਬਾਉਲ 'ਚ ਕੱਢ ਲੈਂਦੇ ਹਾਂਗੇ ਸਾਰੇ ਨੂੰ ਜੀ। ਜਦੋਂ ਆਪਾਂ ਨੂੰ ਕਈ ਵਾਰ ਛੋਟੀ ਮੋਟੀ ਭੁੱਖ ਲੱਗੀ ਹੁੰਦੀ ਹੈ ਤਾਂ ਬੱਚੇ ਵੀ ਕੁਛ ਮੰਗਦੇ ਹੁੰਦੇ ਆ ਖਾਣ ਨੂੰ, ਆਪਾਂ ਮਿੰਟਾਂ 'ਚ ਹੀ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਹਾਂ। ਚਲੋ ਜੀ ਇੱਕ ਆਪਾਂ ਬਣਾ ਲਿਆ ਇਸ ਤਰ੍ਹਾਂ ਕੋਨ, ਅਤੇ ਆਪਾਂ ਇੱਕ ਕੋਨ ਵਿੱਚ ਵੀ ਪਾ ਕੇ ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ ਆਪਾਂ ਕੋਨ ਵਿੱਚ ਸਾਰੀ 'ਚ ਪਾ ਦਿੰਦੇ ਹਾਂ, ਅਤੇ ਬਿਲਕੁਲ ਨਾ ਬਾਜ਼ਾਰ ਵਾਲੀ ਫੀਲਿੰਗ ਆਊਗੀ ਬੱਚਿਆਂ ਨੂੰ, ਅਤੇ ਪਤਾ ਹੀ ਨਹੀਂ ਚੱਲੂਗਾ ਜਦੋਂ ਆਪਾਂ ਬਣਾ ਕੇ ਇਹ ਦਿੱਤੀ ਕਿ ਹਾਂ ਇਹ ਆਪਾਂ ਬਾਜ਼ਾਰ 'ਚੋਂ ਲਿੱਤੀ ਹੈ ਜਾਂ ਆਪਾਂ ਘਰ ਬਣਾਈ ਹੈ। ਲਓ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਹੋਗੇ, ਮਿੰਟਾਂ 'ਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ, ਕੋਈ ਬਹੁਤ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ। ਅਤੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।